ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਵਿਚਾਰ ਵਟਾਂਦਰਾ। ਅੱਜ ਦੇ ਮੁੱਦੇ ਦੇ ਵਿੱਚ ਅਸੀਂ ਕਰ ਰਹੇ ਹਾਂ ਪੰਜਾਬ ਇਜਲਾਸ ਨੂੰ ਲੈ ਕੇ ਵਿਧਾਨ ਸਭਾ ਦਾ ਜਿਹੜਾ ਹੋਇਆ, ਔਰ ਇਸ ਇਜਲਾਸ ਦੇ ਵਿੱਚ ਸਭ ਤੋਂ ਮੁੱਖ ਗੱਲ ਰਹੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਲੈ ਕੇ ਕੀ ਕੁਝ ਹੋ ਸਕਦਾ। ਅਸੀਂ ਦੋ ਦਿਨ ਤੋਂ ਐਨਾਲਿਸਿਸ ਕਰ ਰਹੇ ਸੀਗੇ ਔਰ ਉਹੀ ਗੱਲ ਕਿੱਥੇ ਨਾ ਕਿੱਥੇ ਵੇਖਣ ਨੂੰ ਮਿਲੀ, ਸਿਆਸੀ ਪ੍ਰਤੀਕਰਮ ਵੀ ਇਸ ਮੁਤਲਕ ਆਏ। ਲੇਕਿਨ ਮੁੱਖ ਦਾ ਕੇਂਦਰ ਬਣਿਆ ਰਿਹਾ ਕਿ ਜਦ ਨਵਜੋਤ ਸਿੰਘ ਸਿੱਧੂ ਔਰ ਬਿਕਰਮ ਮਜੀਠੀਆ ਆਪਸ ਦੇ ਵਿੱਚ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਭੇਦਭਾਵ ਹੋਇਆ, ਕਿਸੇ ਗੱਲ ਨੂੰ ਲੈ ਕੇ ਉਹਨਾਂ ਦੇ ਸਿਆਸੀ ਪ੍ਰਤੀਕਰਮ, ਸਿਆਸੀ ਤੀਰ ਇੱਕ ਦੂਸਰੇ ਦੇ ਉੱਤੇ ਛੱਡੇ ਗਏ, ਉਹ ਵੀ ਅਸੀਂ ਤੁਹਾਨੂੰ ਵਿਖਾਣਗੇ ਕੀ ਕੁਝ ਹੋਇਆ ਸੀਗਾ ਜਦ ਨਵਜੋਤ ਸਿੰਘ ਸਿੱਧੂ ਨੇ ਬੋਲਣਾ ਸ਼ੁਰੂ ਕੀਤਾ ਸੀ। ਕਹਿ ਦੇਵੇ ਕਿ ਮੈਂ ਇੰਸਟਰਕਸ਼ਨ ਨਹੀਂ ਦਿੱਤੀ ਤੇ ਮੰਨ ਜੂ, ਤੇ ਫਿਰ ਜੋ ਉਹ ਕਹੂਗਾ ਉਹ ਮੈਂ ਬੁਲਾ ਲਿਆ। ਅੱਗੇ ਸੁਣੋ, ਧਰਨੇ ਨੂੰ ਚੁਕਾਉਣ ਦਾ ਹੁਕਮ ਕਿਹਨੇ ਦਿੱਤਾ? ਕੋਈ ਪੁਲਿਸ ਵਾਲਿਆਂ ਤੇ ਪਾਈ ਜਾਂਦਾ, ਕੋਈ ਕਿਸੇ ਤੇ ਪਾਈ ਜਾਂਦਾ, ਕੋਈ ਕਿਸੇ। ਧਰਨੇ ਨੂੰ ਚੁਕਾਉਣ ਦਾ ਹੁਕਮ ਸੀਐਮ ਬਾਦਲ ਨੇ ਦਿੱਤਾ, ਸੀਐਮ ਬਾਦਲ ਨੇ ਦਿੱਤਾ ਧਰਨੇ ਨੂੰ ਚੁਕਾਉਣ ਦਾ ਹੁਕਮ। ਗੋਲੀਆਂ ਚਲਾਈਆਂ, ਜਿੰਨਾ ਉਹਨਾਂ ਦਾ ਕਸੂਰ ਹੈ ਉਹਦੇ ਨਾਲ 100 ਗੁਣਾ ਕਸੂਰ ਇਸ ਮਚਲੇ ਪੁਰੇ ਦਾ ਕਸੂਰ ਹੈ। ਇਹ ਮਚਲਾ ਬਜ਼ੁਰਗ, ਇਹ ਮਸਖਰਾ ਬਜ਼ੁਰਗ, ਹੈਂਡ 6'2" ਉੱਤੇ ਤੇ 120 ਫੁੱਟ ਥੱਲੇ ਹੈ। ਠੀਕ ਹੈ, ਗੁੜ ਦੇ ਕੇ ਮਾਰਦਾ, ਗੁੜ ਦੇ ਕੇ ਮਾਰਦਾ ਹੈ। 1.5 ਮਹੀਨਾ ਇਹ ਨਜ਼ਰਬੰਦ ਰਹਿੰਦੇ, 1.5 ਮਹੀਨਾ ਇਹ ਚੰਡੀਗੜ੍ਹ ਦੀ ਲਾਲ ਲਕੀਰ ਨਹੀਂ ਪਾਰ ਕਰ ਸਕੇ। ਸਰਦਾਰ ਬਾਦਲ ਮੂੰਹ ਤੇ ਜੁੱਤੀ ਵੱਜੀ 5 ਵਾਰ ਦੇ ਸੀਐਮ ਦੇ, ਸੁਖਬੀਰ ਬਾਦਲ ਕੰਧ ਭੰਨ ਕੇ ਭੱਜਿਆ। ਠੀਕ ਕਿਹਾ, ਕੰਧ ਪਾੜ ਕੇ ਜਦੋਂ ਪੰਜਾਬ ਦਾ ਸੀਨਾ ਪਾੜੂ ਤੇ ਕੰਧ ਤੈਨੂੰ ਪਾੜਨੀ ਪਊ, ਭੱਜਣਾ ਤੈਨੂੰ ਪਊ। ਮਲੂਕੇ ਦੇ 6 ਵਜੇ ਅੱਜ ਵੀ ਜੀਕੇ ਦੇ ਵੱਜਣਗੇ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਕਹਿੰਦੇ ਕਿ ਮੈਂ ਚਾਹੁੰਦਾ, ਵਿਕਰਮ ਸਿੰਘ ਮਜੀਠੀਆ ਕਹਿੰਦਾ ਮੈਂ ਚਾਹੁੰਦਾ ਕਿ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਇਨਕੁਆਰੀ ਹੋਣੀ ਚਾਹੀਦੀ ਹੈ। ਕਿਹਨੇ ਰੋਕਿਆ ਸੀ? ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਰ, ਸਾਰਾ ਕੋਰਮਾ ਮੰਤਰੀ ਸੀ। ਤੁਸੀਂ ਸਿਟਿੰਗ ਜੱਜ ਤੋਂ ਇਨਕੁਆਰੀ ਕਰਾਉਂਦੇ, ਸਾਨੂੰ ਕੋਈ ਇਹਦੇ ਦੇ ਪਿੱਛੇ ਖਸਤਾ ਨਹੀਂ ਸੀ ਤੇ ਲੋਕਾਂ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿੰਦੇ। ਆਰਿਆਂ ਨਾਲ ਚਲਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ, ਉਹਨਾਂ ਸਿੱਖਾਂ ਤੇ ਗੋਲੀਆਂ ਚਲਾਈਆਂ। ਇਹਨਾਂ ਸਿੰਘਾਂ ਨੇ, ਇਹ ਸਿੱਖ ਹੈ, ਇਹ ਮਸੰਦ ਹੈ, ਇਹ ਮਸੰਦ ਹੈ, ਇਹ ਮਸੰਦ ਹੈ ਸਾਡੇ ਗੁਰੂ ਦੇ ਗੁਣੇ ਨਾ ਹੋਵੇ। ਬੇਸ਼ੱਕ ਅੱਜ ਤੋਂ ਬਾਅਦ ਕਦੇ ਰਾਜਾ ਬਣੇ ਪੰਜਾਬ ਦੀ ਵਿਧਾਨ ਸਭਾ ਚ ਆਵੇ ਨਾ ਆਵੇ, ਮੈਂ ਉਹਦੇ ਬਾਪ ਦਾ ਨਹੀਂ ਹੋ ਸਕਦਾ, ਪਰ ਸਮਝ ਲਓ ਮੈਂ ਕਿਸੇ ਪੰਜਾਬ ਦੇ ਕਿਸੇ ਵਿਅਕਤੀ ਦਾ ਨਹੀਂ ਹੋ ਸਕਦਾ ਜੇ ਰਾਜਾ ਬਣੇ ਆਪਦੇ ਬਾਪ ਦਾ ਨਹੀਂ ਹੋ ਸਕਦਾ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਰੇ ਕਿਸੇ ਦੇ ਮਨ ਦੇ ਵਿੱਚ ਪਾਪ ਹੈ ਤਾਂ ਮੈਨੂੰ ਲੱਗਦਾ ਉਹ ਇਨਸਾਨ ਨਹੀਂ ਹੈ, ਉਹ ਦਰਿੰਦਾ ਹੈ। ਅਤੇ ਇਹ ਸੀਗੇ ਰਾਜਾ ਵੜਿੰਗ ਗਿੱਦੜਬਾਹਾ ਤੋਂ MLA ਅਤੇ ਨੈਸ਼ਨਲ ਯੂਥ ਦੇ ਸਾਬਕਾ ਲੀਡਰ ਵੀ ਰਹਿ ਚੁੱਕੇ ਨੇ ਕਾਂਗਰਸ ਦੇ, ਜੋ ਕਿ ਅਕਾਲੀਆਂ ਨੂੰ ਮਸੰਦ ਕਹਿੰਦੇ ਹੋਏ ਨਜ਼ਰ ਆਏ, ਕੁਝ ਹੋਰ ਵੀ ਕਹਿ ਰਹੇ ਨੇ, ਇੱਕ ਵਾਰੀ ਉਹ ਵੀ ਆਪਾਂ ਵੇਖ ਲੈਂਦੇ ਹਾਂ। ਦੇਖ ਰਹੇ ਹੋ, ਇੱਕ ਪਾਸੇ ਨਵਜੋਤ ਸਿੰਘ ਸਿੱਧੂ ਝੋਲੀ ਅੱਡ ਕੇ ਮੁੱਖ ਮੰਤਰੀ ਤੋਂ ਬਾਦਲਾਂ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਨਜ਼ਰ ਆ ਰਹੇ ਨੇ, ਤਾਂ ਦੂਜੇ ਪਾਸੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਸਪੀਚ ਦੌਰਾਨ ਭਾਵੁਕ ਹੋ ਕੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਦਿਖ ਰਹੇ ਨੇ। ਸੁਣੋ ਕੀ ਕਹਿ ਰਹੇ ਨੇ ਆਗੂ। ਇਹ ਬੋਝ ਨੇ ਕੌਮ ਦੇ ਉੱਤੇ, ਸੋ ਠੀਕ ਚੱਲ ਰਹੇ ਹੋ ਮੇਰੇ ਸੁਖੀ ਭਾਜੀ, ਵਧੋ ਤੁਸੀਂ SGPC ਵੱਲ, ਹਮ ਤੁਹਾਰੇ ਸਾਥ, ਹਮ ਤੁਹਾਰੇ ਸਾਥ ਹੈ, ਵਧੋ ਵਧੋ ਵਧੋ, ਕੋਈ ਡਰ ਨਹੀਂ ਸਪੀਕਰ ਸਾਹਿਬ, ਕੋਈ ਉਹ ਨਹੀਂ, ਬਸ ਆ ਝੋਲੀ ਅੱਡ ਕੇ ਇਹਨਾਂ ਨੇ ਮੈਨੂੰ ਕਿਹਾ ਸੀ ਜੋ ਲਾਈਕ ਮਾਈ ਸਨ ਟੂਡੇ ਅ ਸਨ ਆਸਕ ਹਿਸ ਫਾਦਰ ਟੂਡੇ ਅ ਸਨ ਆਸਕ ਹਿਸ ਫਾਦਰ ਕਿ ਉਹ ਗੁਰੂ ਜਿਹਨੇ ਮੇਰੇ ਅੰਦਰ ਬੀਜ ਰੂਪੀ ਸ਼ਕਤੀ ਨੂੰ ਅੰਕੁਰਿਤ ਕੀਤਾ। ਇੱਕ ਸਾਹਿਬ 1047 ਦਿਨਾਂ ਬਾਅਦ
ਧੰਨਵਾਦ ਕਰਦਾ ਮੈਂ ਮੁੱਖ ਮੰਤਰੀ ਸਾਹਿਬ ਦਾ ਕਿ ਕਮ ਸੇ ਕਮ ਸਾਡੇ ਪਿਓ ਨੂੰ ਅੱਜ ਸਾਡੇ ਮਨ ਚ ਸੀਨੇ ਚ ਠੰਡ ਅੱਧੀ ਠੰਡ ਪੈ ਗਈ ਕਿ ਕਮ ਸੇ ਕਮ ਕਿਸੇ ਇਨਸਾਨ ਨੇ ਇਹ ਪ੍ਰਣ ਕੀਤਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਣਾ ਇਹ ਅੱਜ ਕਹਿੰਦੇ ਆ ਲੰਬਾ ਜਿਹਾ ਬੰਦਾ ਕਹਿੰਦਾ ਜਿੱਥੇ ਕਰਕੇ ਕਦੇ ਸਿੱਧੂ ਸਾਹਿਬ ਇਹ ਕੁਝ ਵੇਖਣ ਨੂੰ ਮਿਲਿਆ ਜਿਹੜਾ ਇਜਲਾਸ ਦੇ ਵਿੱਚ ਅੱਜ ਓਪਨਿੰਗ ਕਮੈਂਟ ਜਾਣ ਲੈਂਦੇ ਹਾਂ ਨਵੀਨ ਸ਼ਰਮਾ ਜੀ ਹੋਰਾਂ ਦੇ ਇਜਲਾਸ ਆਖਰੀ ਅਖੀਰਲਾ ਦਿਨ ਇੰਨੇ ਸਾਰੇ ਸਿਆਸੀ ਪ੍ਰਤੀਕਰਮ ਕੀ ਚੱਲ ਰਿਹਾ ਜ਼ਹਿਨ ਦੇ ਵਿੱਚ ਦੇਖੋ ਇਹ ਰਣਜੀਤ ਸਿੰਘ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹਦੇ 'ਤੇ ਹੀ ਸਿਆਸਤ ਹੈ ਉਹਦੇ 'ਤੇ ਪ੍ਰਤੀਕਰਮ ਹੈ ਜ਼ਾਹਿਰ ਜੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਰਵੱਈਆ ਸੀ ਜੋ ਉਹਦਾ ਪ੍ਰਤੀਕਰਮ ਸੀ ਉਹ ਵੀ ਸੀਗਾ ਕਿਉਂਕਿ ਇਸ ਜੋ ਰਿਪੋਰਟ ਆਈ ਹੈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਉਹਦੇ ਵਿੱਚ ਉਹਨੂੰ ਡਾਇਰੈਕਟ ਇੰਡਿਕਟ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਜੀ ਔਰ ਜਿਹੜਾ ਹੁਣ ਨਵਾਂ ਫੈਸਲਾ ਲਿਆ ਗਿਆ ਅੱਜ ਜਿਹੜਾ ਅਸੈਂਬਲੀ ਦੇ ਵਿੱਚ ਉਹ ਇਹ ਸੀਗਾ ਕਿ ਹੁਣ ਪੰਜਾਬ ਪੁਲਿਸ ਨੂੰ ਹੀ ਇਹਦੀ ਇਨਵੈਸਟੀਗੇਸ਼ਨ ਦਿੱਤੀ ਜਾਏਗੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ SIT ਬਣਾਈ ਜਾਏਗੀ SIT ਦੇ ਵਿੱਚ ਹੀ ਹੁਣ ਉਹ SIT ਇਹਦੀ ਤਫਤੀਸ਼ ਕਰੇਗੀ ਹੁਣ ਇੱਕ ਸਵਾਲ ਇਹ ਉੱਠਦਾ ਹੈ ਜਿਸ ਰਿਪੋਰਟ ਦੇ ਵਿੱਚ ਰਿਟਾਇਰਡ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਪੰਜਾਬ ਪੁਲਿਸ ਦੇ ਅਫਸਰਾਂ ਦੇ ਵੀ ਨਾਮ ਇੰਡਿਕਟ ਕੀਤੇ ਉਸ ਸਮੇਂ ਦੀ ਸਰਕਾਰ ਦਾ ਨਾਮ ਇੰਡਿਕਟ ਕੀਤਾ ਪੰਜਾਬ ਪੁਲਿਸ ਦੇ ਰਵੱਈਏ 'ਤੇ ਸਵਾਲ ਚੁੱਕੇ ਹੁਣ ਦੇਖੋ ਸਿਆਸਤ ਘੁੰਮ ਕੇ ਉਹੀ ਓ ਪੰਜਾਬ ਪੁਲਿਸ ਦੇ ਕੋਲ ਆ ਗਈ ਹੈ ਉਹੀ ਓ ਸਿਆਸਤ ਹੁਣ ਉਹੀ ਓ ਪੰਜਾਬ ਪੁਲਿਸ ਜਿਹਦੇ ਅਫਸਰਾਂ ਨੂੰ ਇੰਡਿਕਟ ਕੀਤਾ ਗਿਆ ਉਹੀ ਓ ਪੰਜਾਬ ਪੁਲਿਸ ਉਹਨਾਂ ਦੀ ਤਫਤੀਸ਼ ਕਰੇਗੀ ਤੁਸੀਂ ਉਹਨਾਂ ਦੀ ਸਿਆਸਤ ਦੇ ਮਾਇਨੇ ਸਮਝੋ ਇਹ ਹੁਣ ਪੰਜਾਬ ਸਰਕਾਰ ਜਿਹੜੀ ਹੈ ਮੈਂ ਜਿਸ ਤਰ੍ਹਾਂ ਅਸੀਂ ਵਾਰ ਵਾਰ ਅਸੀਂ ਕਹਿੰਦੇ ਹਾਂ ਕਿ ਇਹਦੇ ਵਿੱਚੋਂ ਸਾਰੀ ਪੋਲੀਟੀਕਲ ਮਾਈਲੇਜ ਲੈਣਾ ਚਾਹੁੰਦੀ ਹੈ ਔਰ ਲੈ ਰਹੀ ਹੈ ਔਰ ਲਈ ਵੀ ਹੈ ਚੰਗੀ ਤਰ੍ਹਾਂ ਔਰ ਉਹਨੇ ਜਿਸ ਤਰ੍ਹਾਂ ਡਿਫੇਮ ਕਰਨਾ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਗਲਤੀ ਹੈ ਕਿ ਉਹਨਾਂ ਨੂੰ ਅਸੈਂਬਲੀ ਦੇ ਵਿੱਚ ਬਹਿ ਕੇ ਫੇਸ ਕਰਨਾ ਚਾਹੀਦਾ ਸੀਗਾ ਬਹਿਸ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਸੀ ਜੋ ਇਲਜ਼ਾਮ ਲੱਗੇ ਜੋ ਆਰੋਪ ਲੱਗੇ ਜੋ ਇੰਡਿਕਟ ਕੀਤਾ ਗਿਆ ਉਹਦੇ ਇੱਕ ਇੱਕ ਕਰਕੇ ਪੁਆਇੰਟ ਵਾਈਜ਼ ਸਫਾਈ ਦੇਣੀ ਚਾਹੀਦੀ ਸੀ ਲੇਕਿਨ ਉਹ ਸਦਨ 'ਚੋਂ ਵਾਕਆਊਟ ਕਰ ਗਏ ਹੁਣ ਉਹ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਕਿ 2 ਦਿਨ ਦਾ ਇਹ ਸਾਰਾ ਸਿਆਸੀ ਡਰਾਮਾ ਹੋਣਾ ਸੀ ਹੁਣ ਅਸੈਂਬਲੀ ਪੰਜਾਬ ਅਸੈਂਬਲੀ ਖਤਮ ਹੋ ਗਈ ਹੁਣ ਇਹ ਵਿੰਟਰ ਸੈਸ਼ਨ ਤੱਕ ਗੱਲ ਚਲੀ ਗਈ ਹੁਣ ਕੀ ਹੈ ਕਿ ਸਾਰੀ ਅਟੈਂਸ਼ਨ ਚਲੀ ਗਈ ਰਣਜੀਤ ਸਿੰਘ ਕਮਿਸ਼ਨ ਦੇ ਵਾਸਤੇ ਹੁਣ ਇੱਕ ਤਰ੍ਹਾਂ ਦਾ ਮੰਨ ਕੇ ਚੱਲੋ ਕਿ ਜਿਹੜੀ ਤਫਤੀਸ਼ ਹੈ ਸਾਰੀ ਠੰਡੇ ਬਸਤੇ 'ਚ ਚਲੀ ਜਾਣੀ ਹੈ ਇਹ ਗੱਲ ਜ਼ਰੂਰ ਹੁੰਦੀ ਹੈ ਇੰਡੀਆ ਦੇ ਵਿੱਚ ਜਦੋਂ ਵੀ ਕੋਈ ਸੈਂਸਿਟਿਵ ਕੇਸ ਹੁੰਦਾ ਕੋਈ ਬਰੁਟੈਲਿਟੀ ਦਾ ਵੱਡਾ ਕੇਸ ਹੁੰਦਾ ਲੋਕ ਡਿਮਾਂਡ ਕਰਦੇ CBI ਨੂੰ ਤਫਤੀਸ਼ ਦਿਓ CBI ਨੂੰ ਤਫਤੀਸ਼ ਦਿਓ ਇਹ ਪਹਿਲੀ ਵਾਰੀ ਇੱਕ ਸਿਆਸੀ ਪ੍ਰਤੀਕਰਮ ਹੋਣਾ ਹੈ ਕਿ CBI ਨੂੰ ਕੇਸ ਦੇ ਕੇ ਫਿਰ ਉਹਦੇ ਤੋਂ ਵਾਪਸ ਲਿਆ ਜਾ ਰਿਹਾ ਤੁਸੀਂ ਇਹਦੇ ਸਿਆਸਤ ਦੇ ਮਾਇਨੇ ਸਮਝੋ ਇਹਦੇ ਵਿੱਚੋਂ ਕੌਣ ਕੀ ਕੱਢਣਾ ਚਾਹੁੰਦਾ ਸਿਆਸਤ ਹੁਣ ਉਹੀ ਪੰਜਾਬ ਪੁਲਿਸ ਦੇ ਅਫਸਰ ਜਿਨ੍ਹਾਂ ਦਾ ਨਾਮ ਆ ਰਿਹਾ ਉਸ ਸਮੇਂ ਦੇ ਸਵਾਲ ਕਿ ਉਸ ਸਮੇਂ CM ਰੈਜੀਡੈਂਸ ਤੋਂ ਕੀ ਇੰਸਟਰਕਸ਼ਨਸ ਗਏ CM ਦਾ ਕੀ ਰੋਲ ਸੀ ਡਿਪਟੀ CM ਦਾ ਕੀ ਰੋਲ ਸੀ ਜਿਹਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਆਪਣੀ ਸਫਾਈਆਂ ਦਿੰਦਾ ਫਿਰ ਰਿਹਾ ਔਰ ਪੰਜਾਬ ਪੁਲਿਸ ਦੇ ਅਫਸਰਾਂ ਦਾ ਕੀ ਰੋਲ ਸੀ ਇਹ ਵੀ ਹੋਇਆ ਕਿ ਜੀ ਬੇਗੁਨਾਹਾਂ 'ਤੇ ਗੋਲੀਆਂ ਚਲਾਈਆਂ ਗਈਆਂ ਬੇਗੁਨਾਹ ਮਰ ਗਏ ਔਰ CM ਨੇ ਡਿਪਟੀ CM ਨੇ ਸਰਕਾਰ ਨੇ ਦਾ ਕੀ ਰਵੱਈਆ ਸੀ ਇਹੀ ਸਵਾਲ ਚੁੱਕੇ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ 'ਤੇ ਉਹੀ ਸਾਰੇ ਸਵਾਲ ਹੁਣ ਅਸੈਂਬਲੀ ਦੇ ਵਿੱਚ ਉਠਾਏ ਗਏ ਹੁਣ ਇੱਕ ਨਵਾਂ ਇੱਕ ਕਦਮ ਚੱਕ ਲਿਆ ਪੰਜਾਬ ਸਰਕਾਰ ਨੇ ਕਿ ਹੁਣ ਇਹ ਪੰਜਾਬ ਪੁਲਿਸ ਹੀ ਕਰੇਗੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੇਗੀ ਹੁਣ ਮੰਨ ਕੇ ਚੱਲੋ ਇਹ ਮਾਮਲਾ ਥੋੜ੍ਹਾ ਹੋਰ ਅੱਗੇ ਤੱਕ ਦਿੱਤਾ ਗਿਆ ਹੁਣ ਇਹਦੇ 'ਤੇ ਜੰਮ ਕੇ ਸਿਆਸਤ ਆਈ ਥਿੰਕ ਦੀ ਵਿੰਟਰ ਸੈਸ਼ਨ ਵਿਲ ਆਲਸੋ ਹੈਵ ਦਿਸ ਕਾਈਂਡ ਆਫ ਇਸ਼ੂ ਸੇਮ ਥਿੰਗ ਦੇਰ ਵਿਲ ਨੋ ਅਨਦਰ ਸਰਟਨ ਇਸ਼ੂਸ ਵਿਚ ਵਿਲ ਸੇ ਦੈਟ ਵੀ ਆਰ ਟਾਕਿੰਗ ਔਨ ਦੀ ਬੈਟਰਮੈਂਟ ਆਫ ਪੰਜਾਬ ਆਈ ਗੱਲ ਹੋਣਗੀ ਉੱਥੇ ਆਈ ਹੋਣਗੀ ਬਿਲਕੁਲ ਮੇਰੇ ਨਾਲ ਕਾਲਰਸ ਵੀ ਲਗਾਤਾਰ ਜੁੜੇ ਹੋਏ ਨੇ ਮੈਂ ਵੇਖ ਪਾ ਰਿਹਾ ਕਿ ਕਾਫੀ ਸਾਰੇ ਕਾਲਰਸ ਅੱਜ ਸਾਨੂੰ ਕਾਲ ਕਰ ਰਹੇ ਨੇ ਕਿਉਂਕਿ ਬਣਦਾ ਵੀ ਹੈ ਤੁਹਾਡਾ ਕਾਲ ਕਰਨਾ ਔਰ ਆਪਣੇ ਪ੍ਰਤੀਕਰਮ ਸਾਨੂੰ ਦੇਣਾ ਤਾਂ ਆਪਾਂ ਲੈਂਦੇ ਹਾਂ ਸਭ ਤੋਂ ਪਹਿਲੀ ਕਾਲ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕੁਝ ਵਿਚਾਰ ਸਾਡੇ ਨਾਲ ਸਾਡੇ ਕਾਲਰਸ ਸਾਂਝਾ ਕਰਨਾ ਚਾਹੁੰਦੇ ਹਨ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹੈਲੋ ਹਰਕੀਰ ਸਿੰਘ ਤੁਹਾਨੂੰ ਤੇ ਸ਼ਰਮਾ ਜੀ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੋਗਲ ਜੀ ਠੀਕ ਹੋ ਚੜ੍ਹਦੀ ਕਲਾ ਦੁਆਵਾਂ ਨੇ ਤੁਹਾਡੀਆਂ ਤੇ ਤੁਹਾਡਾ ਦੇਖ ਰਿਹਾ ਜੀ ਸਾਰਾ ਪ੍ਰੋਗਰਾਮ ਸਾਰਾ ਦਿਨ ਦੇਖਿਆ ਇਹ ਆਪਣੇ ਜਿਹੜਾ ਤੁਸੀਂ ਰਾਜ ਪ੍ਰੋਗਰਾਮ ਰੱਖਿਆ ਨਾ ਬੜੀ ਬੜੀ ਚੰਗੀ ਗੱਲ ਆ ਇਹ ਘਰ ਘਰ ਤੱਕ ਸਾਰਾ ਕੁਝ ਪਹੁੰਚਣਾ ਚਾਹੀਦਾ ਮੈਂ ਤੇ ਸਿਰਫ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਸਮੇਂ ਦੀ ਘਾਟ ਹੁੰਦੀ ਆ ਆਪਣੇ ਜੀ ਮੈਂ ਮਸਾਂ ਹੀ 2 ਮਿੰਟ ਲੈਣੇ ਤੁਹਾਡੇ ਹਰਕੀਰ ਸਿੰਘ ਜੀ ਮੈਂ ਇਹ ਕਹਿਣਾ ਚਾਹੁੰਦਾ ਹੁਣ ਸਿਰਫ ਸ਼ਾਰਟ ਵਿੱਚ ਕਿ ਕੈਪਟਨ ਸਾਹਿਬ ਵਾਸਤੇ ਇਹ ਇਮਤਿਹਾਨ ਦੀ ਘੜੀ ਹੈ ਹੁਣ ਕੈਪਟਨ ਸਾਹਿਬ ਵਾਸਤੇ ਇਮਤਿਹਾਨ ਦੀ ਕੜੀ ਆ ਜੋ ਕੁਝ ਉੱਥੇ ਕਿਹਾ ਇਹਨਾਂ ਨੇ ਸੈਸ਼ਨ ਦੇ ਵਿੱਚ ਤੇ ਇਹਨੂੰ ਚੇਤਾ ਨਾ ਭੁੱਲ ਇਹਦਾ ਚੇਤਾ ਨਾ ਭੁਲਾਉਣ ਹੁਣ ਬਾਅਦ ਦੇ ਵਿੱਚ ਕਿਉਂਕਿ ਲੋਕਾਂ ਨੇ ਚੇਤਾ ਨਹੀਂ ਭੁਲਾਉਣਾ ਜੀ ਜੀ ਜਿਵੇਂ ਅੱਜ ਤੱਕ ਇਹਨਾਂ ਨੇ ਲੋਕ ਯਾਦ ਕਰਾਉਂਦੇ ਰਹੇ ਕਿ ਗੁਟਕਾ ਫੜ ਕੇ ਸਹੁੰ ਖਾਧੀ ਸੀ ਪਰ ਕੀਤਾ ਕੁਝ ਨਹੀਂ ਹੁਣ ਇਹਨਾਂ ਦੀ ਇਮਤਿਹਾਨ ਦੀ ਖੜੀ ਇਸ ਕਰਕੇ ਆ ਜੀ ਜੀ ਨੰਬਰ 2 ਮੈਂ ਇਹ ਕਹਿੰਦਾ ਵੀ ਜਿਹੜੇ ਬਾਦਲ ਐਂਡ ਕੰਪਨੀ ਪਹਿਲੀ ਜਿਹੜੀ ਸਰਕਾਰ ਰਹੀ ਆ ਜਿਹਨਾਂ ਦੇ ਰਾਜ ਭਾਗ ਦੇ ਵਿੱਚ ਇਹ ਸਾਰਾ ਕੁਝ ਇੰਨਾ ਹੋਇਆ ਪੰਜਾਬ ਨੇ ਇੰਨਾ ਸੰਤਾਪ ਹੰਡਾਇਆ ਵੀ ਇਹ ਗੁਰਦੁਆਰੇ ਵੀ ਜਾਂਦੇ ਅਖੰਡ ਪਾਠ ਵੀ ਰੱਖਦੇ ਅਸੀਂ ਸੁਣਦੇ ਰਹੇ ਹਾਂ ਟੈਲੀਆਂ ਤੇ ਪਰ ਇਹਨਾਂ ਨੂੰ ਇੱਕ ਵੀ ਪੰਕਤੀ ਨਹੀਂ ਚੇਤੇ ਹੁੰਦੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਮਹਾਰਾਜ ਕਹਿੰਦੇ ਨੇ ਵੀ ਹਉਮੈ ਵੱਡਾ ਰੋਗ ਹੈ ਮਰ ਜੰਮੇ ਆਵੇ ਜਾਏ
ਭਾਵ ਹੰਕਾਰਿਆ ਸੋ ਮਾਰਿਆ। ਇਹਨਾਂ ਨੂੰ ਇਹਨਾਂ ਨੇ ਇੱਕ ਵੀ ਗੁਰੂ ਸਾਹਿਬ ਦਾ ਸ਼ਬਦ ਆਪਣੇ ਮਨ ਮੰਦਿਰ ਵਿੱਚ ਨਹੀਂ ਰੱਖਿਆ, ਇਹਦਾ ਮਤਲਬ ਨਹੀਂ ਰੱਖਿਆ। ਰਾਜਾ ਤੇ ਪ੍ਰਜਾ ਦਾ ਮਾਈ ਬਾਪ ਹੁੰਦਾ, ਪਰ ਇਹਨਾਂ ਮਤਰੇਈ ਮਾਂ ਵਾਲਾ ਰੋਲ ਨਿਭਾਇਆ ਔਰ ਨਿਭਾ ਰਹੇ ਨੇ। ਤੇ ਇਸ ਕਰਕੇ ਹੁਣ ਮੈਂ ਇਹ ਕਹਾਂਗਾ ਮਰਕੀਰ ਸਿੰਘ ਜੀ, ਸਮਾਂ ਜਿਹੜਾ ਹੈ ਨਾ ਉਹ ਸਮਾਂ ਤੇ ਇਤਿਹਾਸ ਕਿਸੇ ਨੂੰ ਬਖਸ਼ਦਾ ਨਹੀਂ ਜੀ। ਤੇ ਲਓ ਮੈਂ ਸਿਰਫ ਇੱਕ ਸ਼ੇਰ ਪੜ੍ਹਨਾ, ਅੱਧਾ ਮਿੰਟ ਮਸਾ ਲੱਗਣਾ, ਭਾਵੇਂ ਘੜੀ ਵੇਖ ਲਓ, ਇੱਕ ਮਿੰਟ ਮਸਾ ਹੀ। ਹੰਕਾਰਿਆ ਸੋ ਮਾਰਿਆ, ਇਹਦਾ ਇਹ ਜਿਹੜਾ ਸ਼ੇਰ ਆ ਇਹਦਾ ਨਿਚੋੜ ਹੈਗਾ ਹੰਕਾਰਿਆ ਸੋ ਮਾਰਿਆ। ਪੋਗਲ ਜੀ ਜਲਦੀ ਕੰਪਲੀਟ ਕਰੇ, ਬਹੁਤ ਸਾਰੇ ਕਾਲਰਸ। ਮੈਂ ਕਹਿੰਦਾ ਤੁਸੀਂ ਘੜੀ ਦੇਖੋ ਜੀ ਜੀ। ਲਿਖਿਆ ਵੀ ਜਦੋਂ ਸੱਤਾਧਾਰੀ ਨੂੰ ਸੱਤਾ ਦਾ ਚੜ ਸਰੂਰ ਜਾਵੇ ਜੀ, ਜਦੋਂ ਸੱਤਾਧਾਰੀ ਨੂੰ ਸੱਤਾ ਦਾ ਚੜ ਸਰੂਰ ਜਾਵੇ, ਉਹ ਸੱਤੀ ਵੀ ਹੀ ਫਿਰ ਸੌ ਬਣਾਉਂਦਾ ਹੈ ਲੋਕੋ। ਓਏ ਮਾਈ ਬਾਪ ਦੇ ਫਰਜ਼ ਨੂੰ ਟੰਗ ਛਿੱਕੇ, ਪਰਜਾ ਉੱਤੇ ਹੀ ਕਹਿਰ ਢਾਉਂਦਾ ਹੈ ਲੋਕੋ ਜੀ। ਬਈ ਦੇਣ ਵਾਲੇ ਦਾਤੇ ਦਾ ਕਦੇ ਨਾ ਸ਼ੁਕਰ ਕੀਤਾ ਜੀ, ਦੇਣ ਵਾਲੇ ਦਾਤੇ ਦਾ ਕਦੇ ਨਾ ਸ਼ੁਕਰ ਕੀਤਾ, ਆਡਾ ਉਸ ਨਾਲ ਸਗੋਂ ਲਾਉਂਦਾ ਹੈ ਲੋਕੋ। ਓਏ ਸੌ ਕੰਧ ਪਾੜ ਕੇ ਜਦੋਂ ਸੱਚ ਬਾਹਰ ਆਵੇ, ਉਦੋਂ ਦੁਨੀਆਂ ਤੋਂ ਮੂੰਹ ਛਪਾਉਂਦਾ ਹੈ ਲੋਕੋ। ਬਈ ਉਦੋਂ ਦੁਨੀਆਂ ਤੋਂ ਮੂੰਹ ਛਪਾਉਂਦਾ ਹੈ ਲੋਕੋ, ਜਿਵੇਂ ਹੁਣ ਭੱਜ ਗਏ ਨੇ ਜੀ ਜੀ ਜੀ। ਆਖਰੀ ਦੋ ਲਾਈਨਾਂ ਨੇ ਰਣਜੀਤ ਸਿੰਘ ਲਿਖਿਆ, ਬਈ ਮਾਇਆ ਸਦਾ ਨਾ ਕਿਸੇ ਦਾ ਸਾਥ ਦਿੰਦੀ ਜੀ, ਮਾਇਆ ਸਦਾ ਨਾ ਕਿਸੇ ਦਾ ਸਾਥ ਦਿੰਦੀ, ਭਾਵੇਂ ਮਾਇਆ ਦੇਵੀ ਦਾ ਤਿਲਕ ਸਜਾਉਂਦਾ ਹੈ ਲੋਕੋ। ਓਏ ਸੌ ਦਿਨ ਚੋਰ ਦਾ ਭਾਵੇਂ ਹੋਏ ਭੋਗਲ, ਇੱਕ ਦਿਨ ਸਾਧ ਦਾ ਅਵਸ਼ ਆਉਂਦਾ ਹੈ ਲੋਕੋ। ਓਏ ਸੌ ਦਿਨ ਚੋਰ ਦਾ ਭਾਵੇਂ ਹੋਏ ਭੋਗਲ, ਇੱਕ ਦਿਨ ਸਾਧ ਦਾ ਅਵਸ਼ ਆਉਂਦਾ ਹੈ ਲੋਕੋ। ਬਈ ਇੱਕ ਦਿਨ ਸਾਧ ਦਾ ਅਵਸ਼ ਆਉਂਦਾ ਹੈ ਲੋਕੋ। ਬਹੁਤ ਬਹੁਤ ਧੰਨਵਾਦ ਭੋਗਲ ਜੀ, ਬਹੁਤ ਆ ਗਿਆ ਉਹ ਦਿਨ ਆ ਗਿਆ ਹੁਣ ਜੀ 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 ਜੀ। ਬਹੁਤ ਬਹੁਤ ਧੰਨਵਾਦ, ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਹੇ ਹੋ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਕੁਲਵਿੰਦਰ ਸਿੰਘ ਬੋਲਦਾ ਜੀ। ਕੁਲਵਿੰਦਰ ਸਿੰਘ ਜੀ, ਮੈਂ ਤੁਹਾਨੂੰ ਹੋਲਡ ਦੇ ਵਿੱਚ ਪਾ ਰਿਹਾ, ਫੋਨ ਨੂੰ ਨਾ ਕੱਟਿਓ ਆਪਣੇ, ਮੈਂ ਲਵਾਂਗਾ ਤੁਹਾਡੇ ਵਿਚਾਰ ਮੈਂ, ਲੇਕਿਨ ਫਿਲਹਾਲ ਮੈਨੂੰ ਇੱਥੇ ਇਜਾਜ਼ਤ ਹੁਕਮ ਆਇਆ ਜੀ ਬ੍ਰੇਕ ਦਾ, ਨਿੱਕਾ ਜਿਹਾ ਵਕਫਾ ਜਿਹਾ ਮੈਂ ਲੈਣ ਜਾ ਰਿਹਾ, ਉਸ ਤੋਂ ਬਾਅਦ ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਾਂਗੇ।